ਹਿਸਾਬ ਦੇ ਵਿੱਚੋਂ ਉਹਨਾਂ ਨੂੰ ਅਸੀਂ ਕਮਿਸ਼ਨ ਦਿੰਦੇ ਹਾਂ। ਔਰ ਕਮਿਸ਼ਨ ਵਾਸਤੇ ਅਸੀਂ ਇੱਕ ਨੈਟਵਰਕ ਸਿਸਟਮ ਤਿਆਰ ਕੀਤਾ ਹੋਇਆ ਜਿਹਦੇ ਵਾਸਤੇ ਇੱਕ ਏਜੰਟ ਤਿਆਰ ਹੁੰਦਾ, ਏਜੰਟ ਲੋਕਾਂ ਨੂੰ ਮਿਲਦਾ, ਔਰ ਮਿਲਣ ਤੋਂ ਬਾਅਦ ਜੋ ਉਸ ਤੋਂ ਕਲੈਕਸ਼ਨ ਜਾਂ ਉਹ ਐਗਰੀਮੈਂਟ ਸਾਡੇ ਨਾਲ ਕਰਵਾਉਂਦਾ ਉਹਦੇ ਵਿੱਚ ਅਸੀਂ ਉਹਨੂੰ ਕਮਿਸ਼ਨ ਦਿੰਦੇ ਹਾਂ। ਫਿਰ ਉਹਦਾ ਇੱਕ ਲੀਡਰ ਹੁੰਦਾ, ਉਸ ਲੀਡਰ ਦੇ ਉੱਪਰ ਲੀਡਰ ਹੁੰਦਾ। ਇਸ ਤਰੀਕੇ ਨਾਲ ਸਾਡੇ 7 ਲੀਡਰ ਹੁੰਦੇ ਆ, 7 ਲੀਡਰਾਂ ਨੇ ਆਪਸ ਦੇ ਵਿੱਚ ਕੰਟੈਕਟ ਕਰਕੇ ਇੱਕ ਦੂਸਰੇ ਨੂੰ ਸੰਭਾਲ ਕੇ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ। ਔਰ ਜਿੰਨੇ ਜ਼ਿਆਦਾ ਉਹ ਲੋਕਾਂ ਤੱਕ ਪਹੁੰਚਾਉਣਗੇ, ਜਿੰਨੇ ਲੋਕ ਇਨਵੈਸਟਰ ਸਾਡੇ ਨਾਲ ਜੁੜਨਗੇ, ਉਨਾ ਜ਼ਿਆਦਾ ਉਹਨਾਂ ਨੂੰ ਇਨਕਮ ਵਧੇਗੀ ਔਰ ਪਰਮਾਨੈਂਟ ਉਹਨਾਂ ਨੂੰ ਇਨਕਮ ਆਉਂਦੀ ਰਹੇਗੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਰਮਾਨੈਂਟ ਇਨਕਮ ਆਉਂਦੀ ਰਹੇਗੀ ਇਹਨਾਂ ਨੇ, ਜਿਹੜਾ ਦੇਖੋ ਬੜੀਆਂ ਇਹਨੂੰ ਅਸੀਂ ਜੇ ਅਸੀਂ ਆਮ ਭਾਸ਼ਾ ਜਨਤਾ ਦੀ ਭਾਸ਼ਾ ਦੇ ਵਿੱਚ ਕਹੀਏ ਤਾਂ ਇੱਕ ਸਕੀਮ ਟਾਈਪ ਲੱਗਦੀ ਹੈ ਵੀ ਠੀਕ ਹੈ ਜੀ ਤੁਸੀਂ ਮੈਂਬਰ ਬਣਾਓ ਤੁਹਾਨੂੰ ਅੱਗੋਂ ਪੈਸੇ ਮਿਲਣਗੇ। ਪਰ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਵੀ ਇਹ ਸਕੀਮ ਨਹੀਂ, ਇਹ ਇੱਕ ਬਿਜ਼ਨਸ ਦਾ ਢੰਗ ਹੈ। ਬੜੀਆਂ ਕੰਪਨੀਆਂ ਮਾਰਕੀਟ ਦੇ ਵਿੱਚ ਆਈਆਂ ਜਿਹਦੇ ਵਿੱਚ ਉਹ ਇਹ ਕਹਿੰਦੇ ਨੇ ਵੀ ਜੀ ਠੀਕ ਹੈ ਤੁਸੀਂ ਮੈਂਬਰ ਬਣਾਓ ਤੁਹਾਨੂੰ ਇੰਨੇ ਪੈਸੇ ਮਿਲਣਗੇ, ਤੁਸੀਂ ਮੈਂਬਰ ਬਣਾਓ, ਉਹ ਅੱਗੋਂ ਮੈਂਬਰ ਬਣਾਓਗੇ ਤੁਹਾਡੀ ਚਾਲ ਚੱਲੇਗੀ ਤਾਂ ਉਹਦੇ 'ਚੋਂ ਨਹੀਂ ਆਏਗਾ, ਪਰ ਉਹ ਕਿਸੇ ਪਾਸੇ ਪੈਸਾ ਇਨਵੈਸਟ ਨਹੀਂ ਕਰਦੇ। ਤੁਹਾਡੀ ਜਿਹੜੀ ਸੋਚ ਹੈ ਜੋ ਮੈਂ ਹੁਣ ਤੱਕ ਤੁਹਾਨੂੰ ਓਬਜ਼ਰਵ ਕੀਤਾ, ਤੁਹਾਡੇ ਨਾਲ ਜੋ ਗੱਲਾਂ ਕੀਤੀਆਂ ਜਾਂ ਆਫ ਦੇ ਟਰੈਕ ਵੀ ਤੁਹਾਡੇ ਨਾਲ ਜਦੋਂ ਗੱਲਾਂ ਕੀਤੀਆਂ ਤਾਂ ਤੁਹਾਡੀ ਸੋਚ ਦੇ ਵਿੱਚੋਂ ਮੈਨੂੰ ਲੱਗਦਾ ਵੀ ਉੱਭਰ ਕੇ ਇਹ ਆਇਆ ਕਿ ਜੋ ਤੁਸੀਂ ਲੋਕਾਂ ਦਾ ਪੈਸਾ ਲੈਣਾ, ਉਹ ਪੈਸੇ ਨੂੰ ਤੁਸੀਂ ਇੱਕ ਬਿਜ਼ਨਸ ਦੇ ਵਿੱਚ ਇਨਵੈਸਟ ਕਰਨਾ, ਉਹ ਬਿਜ਼ਨਸ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਵੀ ਹੋਏ ਅਤੇ ਨਾਲ ਨਾਲ ਰਾਜਸਥਾਨ ਦੇ ਵਿੱਚ ਹਰਿਆਵਲ ਵੀ ਆਏ। ਬਿਲਕੁਲ ਸਾਡਾ ਇਹੀ ਮਕਸਦ ਹੈ, ਕਿਉਂਕਿ ਅੱਜ ਸਮਾਜ, ਅੱਜ ਇਨਸਾਨ ਇੰਨਾ ਸਵਾਰਥੀ ਹੋ ਚੁੱਕਿਆ। ਅਗਰ ਕਿਸੇ ਕੋਲ ਅਸੀਂ ਜਾ ਕੇ ਕਹਿੰਦੇ ਹਾਂ ਵੀ ਤੁਸੀਂ ਸਾਡੇ ਨਾਲ ਆ ਕੇ ਜੁੜੋ, ਅਸੀਂ ਰਾਜਸਥਾਨ ਦੇ ਵਿੱਚ ਹਰਿਆਲੀ ਲਿਆਉਣੀ ਹੈ, ਤਾਂ ਸਾਡੇ ਨਾਲ ਹਰ ਇੱਕ ਆਦਮੀ ਜੁੜ ਨਹੀਂ ਸਕਦਾ, ਕਿਉਂਕਿ ਹਰ ਇੱਕ ਆਦਮੀ ਆਪਣਾ ਫਾਇਦੇ ਦਾ ਸੋਚਦਾ ਪਹਿਲਾਂ। ਪਰ ਜਿਸ ਕੰਮ ਦੇ ਵਿੱਚ ਉਹਨੂੰ ਫਾਇਦਾ ਨਜ਼ਰ ਆਏਗਾ ਕੰਮ ਉਹੀ ਕਰੇਗਾ। ਅਸੀਂ ਇਸ ਚੀਜ਼ ਨੂੰ ਧਿਆਨ ਰੱਖ ਕੇ ਉਸ ਹਰਿਆਲੀ ਦੇ ਅਭਿਆਨ ਨੂੰ, ਧਰਤੀ ਬਚਾਉਣ ਦੇ ਅਭਿਆਨ ਨੂੰ ਪੂਰਾ ਕਰਨ ਵਾਸਤੇ ਉਸ ਚੀਜ਼ ਨੂੰ ਸੈੱਟ ਕੀਤਾ ਵੀ ਕਿਵੇਂ ਲੋਕ ਸਾਡੇ ਨਾਲ ਜ਼ਿਆਦਾ ਜੁੜਨ। ਲੋਕ ਜ਼ਿਆਦਾ ਤਾਂ ਹੀ ਜੁੜਨਗੇ ਵੀ ਹਰ ਆਦਮੀ ਨੂੰ ਜਿਸ ਤਰੀਕੇ ਨਾਲ ਉਹ ਕਮਾਉਣਾ ਚਾਹੁੰਦਾ ਉਸ ਤਰੀਕੇ ਨਾਲ ਉਹਨੂੰ ਕਮਾਈ ਮਿਲੇ। ਦੂਸਰੀਆਂ ਕੰਪਨੀਆਂ ਦੀਆਂ ਜਿਵੇਂ ਲੋਕਾਂ ਗੱਲਾਂ ਕਰਦੇ ਹਾਂ ਆਪਾਂ, ਸਕੀਮਾਂ ਦਾ ਲੱਗਦੀ ਹੈ ਸਕੀਮ ਵਾਂਗੂ, ਲੇਕਿਨ ਉਹ ਸਕੀਮ ਦਾ ਮਤਲਬ ਸਕੀਮ ਨਹੀਂ ਹੈ, ਆਪਣਾ ਕੋਈ ਸਕੀਮ ਦਾ ਚੱਕਰ ਨਹੀਂ ਹੈ। ਸਾਡਾ ਮਤਲਬ ਇਹ ਹੈ ਵੀ ਅਸੀਂ ਕਿਵੇਂ ਲੋਕਾਂ ਨੂੰ ਜੋੜੀਏ। ਹਰ ਆਦਮੀ ਆਪਣੇ ਮਤਲਬ ਵਾਸਤੇ ਜੁੜੇਗਾ, ਜਿਹਨੇ ਪੈਸਾ ਲਗਾਉਣਾ ਪੈਸਾ ਕਮਾਉਣ ਵਾਸਤੇ ਜੁੜੇਗਾ, ਜਿਹਨੇ ਪੈਸਾ ਕਮਾਉਣਾ ਉਹ ਆਪਣੇ ਮਤਲਬ ਵਾਸਤੇ ਲੋਕਾਂ ਨਾਲ ਸੰਪਰਕ ਕਰੇਗਾ। ਤਾਂ ਅਸੀਂ ਹੌਲੀ ਹੌਲੀ ਇਸ ਤਰੀਕੇ ਨਾਲ ਸਾਰੇ ਏਰੀਏ 'ਚ ਫੈਲਾਂਗੇ, ਹਿੰਦੁਸਤਾਨ ਦੇ ਹਰ ਕੋਨੇ ਦੇ ਵਿੱਚ ਅਸੀਂ ਜਾਵਾਂਗੇ, ਗਰੀਬ ਤੋਂ ਗਰੀਬ ਔਰ ਅਮੀਰ ਤੋਂ ਅਮੀਰ ਸਾਡੇ ਨਾਲ ਜੁੜੇਗਾ। ਕਿਉਂਕਿ ਸਾਡੇ ਕੋਲ ਇਹ ਜਿਹਾ ਸਿਸਟਮ ਹੈ ਕਿ ਇੱਕ ਰਕਸ਼ਾ ਚਲਾਉਣ ਵਾਲਾ ਧੋਬੀ ਮੋਚੀ ਜਿਹੜਾ ਕਹਿੰਦਾ ਕਿ ਮੈਂ 50 ਰੁਪਏ ਮਹੀਨਾ ਬਚਾ ਸਕਦਾ, ਉਹ 50 ਰੁਪਏ ਮਹੀਨਾ ਬਚਾ ਕੇ ਸਾਡੀ ਫਸਲ ਦੇ ਵਿੱਚ ਹਿੱਸੇਦਾਰੀ ਰੱਖ ਸਕਦਾ। ਔਰ ਜਦੋਂ 50 ਰੁਪਏ ਮਹੀਨਾ ਬਚਾਉਣ ਵਾਲਾ ਸਾਡੀ ਫਸਲ ਦੇ ਵਿੱਚ ਹਿੱਸੇਦਾਰੀ ਰੱਖੇਗਾ, ਤਾਂ ਫਸਲ ਦਾ ਮਤਲਬ ਹੈ ਅਸੀਂ ਉਸ ਰੇਗਿਸਤਾਨ ਦੇ ਅੰਦਰ ਹਰਿਆਲੀ ਵਾਸਤੇ ਜਜੋਬਾ ਔਰ ਐਲੋਵੇਰਾ ਦੀ ਖੇਤੀ ਕਰਨਾ। ਔਰ ਉਹ ਜਿਹੜੀ ਖੇਤੀ ਹੋਏਗੀ ਉਸ ਖੇਤੀ ਤੋਂ ਆਮਦਨੀ ਆਏਗੀ, ਪਲੱਸ ਉਹਦੇ ਨਾਲ ਜਿਹੜਾ ਹਰਿਆਲੀ ਦੇ ਨਾਲ ਪ੍ਰਦੂਸ਼ਣ ਦਾ ਸਾਡਾ ਮਾਮਲਾ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਪ੍ਰਦੂਸ਼ਣ ਜ਼ਿਆਦਾ ਦੂਰ ਹੋਵੇ, ਉਸ ਵਾਸਤੇ ਉਹ ਅਸੀਂ ਲਗਾਉਣਾ ਚਾਹੁੰਦੇ ਹਾਂ। ਉਹ ਹਰ ਆਦਮੀ ਸਾਡੇ ਨਾਲ ਜੁੜੇਗਾ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਜ਼ਿਆਦਾ ਕੋਈ ਪੈਸਾ ਲਗਾਉਣਾ ਚਾਹੁੰਦਾ ਉਹ ਜ਼ਿਆਦਾ ਲਗਾਏਗਾ, ਜ਼ਿਆਦਾ ਹਿੱਸੇਦਾਰੀ ਰੱਖ ਲਏਗਾ, ਛੋਟਾ ਛੋਟੇ ਹਿੱਸੇਦਾਰੀ ਰੱਖ ਲਏਗਾ। ਔਰ ਜੋ ਏਜੰਟ ਜਿਹਨੂੰ ਕਹਿ ਦਿੰਦੇ ਹਾਂ, ਜਿਵੇਂ ਆਮ ਕੰਪਨੀਆਂ ਦੇ ਏਜੰਟ ਹੁੰਦੇ ਆ, ਲੋਕਾਂ ਤੱਕ ਗੱਲ ਪਹੁੰਚਾਉਣ ਵਾਸਤੇ ਇੱਕ ਮੈਂ ਅਕੇਲਾ ਆਦਮੀ ਕਿੰਨੇ ਕੁ ਆਦਮੀਆਂ ਨੂੰ ਮਿਲ ਸਕਦਾ, ਜ਼ਿਆਦਾ ਆਦਮੀਆਂ ਨੂੰ ਨਹੀਂ ਮਿਲ ਸਕਦਾ। ਉਸ ਮਤਲਬ ਨੂੰ ਹੱਲ ਕਰਨ ਵਾਸਤੇ ਸਾਡੀ ਸੋਚ ਇਹ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ, ਜੋ ਪੈਸਾ ਅਗਲੇ ਤੋਂ ਲਿੱਤਾ ਜਾਏਗਾ ਉਹਦੇ ਵਿੱਚੋਂ ਕੁਛ ਪੈਸਾ ਉਹਨਾਂ ਲੋਕਾਂ ਨੂੰ ਕਮਿਸ਼ਨ ਦੇ ਦਿੱਤਾ ਜਾਏਗਾ, ਬਚੇ ਹੋਏ ਪੈਸੇ ਨਾਲ ਉੱਥੇ ਖੇਤੀ ਕਰਾਈ ਜਾਏਗੀ। ਔਰ ਜਿਹੜੀ ਖੇਤੀ ਕਰਾਈ ਜਾਏਗੀ, ਕਿਉਂਕਿ ਉਹ ਖੇਤੀ ਸਾਡੀ ਗਰੰਟਡ ਹੈ, ਜਦੋਂ ਖੇਤੀ ਸਾਡੀ ਗਰੰਟਡ ਹੈ ਤਾਂ ਉਹਦੀ ਇਨਕਮ ਵੀ ਗਰੰਟਡ ਆਏਗੀ, ਔਰ ਗਰੰਟਡ ਆਏਗੀ ਤਾਂ ਅਸੀਂ ਜਿਹੜੀ ਵਾਪਸੀ ਜੋ ਲੋਕਾਂ ਤੋਂ ਪੈਸਾ ਲੈ ਰਹੇ ਹਾਂ ਉਹਦੀ ਵਾਪਸੀ ਦੀ ਵੀ ਅਸੀਂ ਗਰੰਟੀ ਕਹਿ ਕੇ ਦਿੰਦੇ ਹਾਂ ਵੀ ਤੁਹਾਨੂੰ ਅਸੀਂ ਪੈਸਾ ਗਰੰਟਡ ਦੇਵਾਂਗੇ। ਦੂਸਰੀ ਕੰਪਨੀਆਂ ਜਿਹੜੀਆਂ ਸਕੀਮਾਂ ਵਾਲੀਆਂ ਉਹ ਕਦੇ ਗਰੰਟੀ ਪੈਸਾ ਵਾਪਸ ਨਹੀਂ ਦੇ ਸਕਦੀਆਂ, ਉਹਨਾਂ ਦੇ ਕੋਲ ਅੰਦਾਜ਼ਾ ਐਸਟੀਮੇਟ ਹੀ ਹੁੰਦਾ, ਉਹ ਕਹਿੰਦੇ ਆ ਜੀ ਹੋਇਆ ਤਾਂ ਦੇਵਾਂਗੇ ਨਹੀਂ ਤਾਂ ਨਹੀਂ। ਸਾਡੀ ਜੋ ਬਿਜ਼ਨਸ ਹੈ ਉਹਦੇ ਅੰਦਰ ਇਨਕਮ ਘੱਟ ਵੀ ਸਕਦੀ ਹੈ ਪਰ ਵੱਧ ਵੀ ਸਕਦੀ ਹੈ, ਉਹਨਾਂ ਦੀ ਗੱਲ ਇਹ ਹੁੰਦੀ ਹੈ, ਲੇਕਿਨ ਸਾਡੀ ਉਹ ਗੱਲ ਨਹੀਂ। ਅਸੀਂ ਇਹ ਕਹਿੰਦੇ ਹਾਂ ਕਿਉਂਕਿ ਸਾਡਾ ਬਿਜ਼ਨਸ ਗਰੰਟਡ, ਸਾਡੇ ਪੌਦੇ ਗਰੰਟਡ, ਸਾਡੀ ਇਨਕਮ ਗਰੰਟਡ, ਤਾਂ ਜਿਹੜਾ ਪੈਸਾ ਲਗਾਏਗਾ ਉਹਦੀ ਵਾਪਸੀ ਗਰੰਟਡ, ਔਰ ਜੋ ਸਾਡਾ ਏਜੰਟ ਬਣੇਗਾ ਉਹਦਾ ਕਮਿਸ਼ਨ ਗਰੰਟਡ, ਔਰ ਸਾਡੀ ਕੰਪਨੀ ਨੂੰ ਇਸ ਸਿਸਟਮ ਦੇ ਅੰਦਰੋਂ 100% ਪ੍ਰੋਫਿਟ ਆਉਂਦਾ, ਜਿਹਦੀ ਵਜ੍ਹਾ ਨਾਲ ਅਸੀਂ 3500 ਬੀਘਾ ਤੋਂ ਸ਼ੁਰੂ ਕੀਤੀ ਹੈ ਔਰ ਅਸੀਂ ਦੂਸਰਾ ਪ੍ਰੋਡਕਟ ਨਾਲ ਦੇ ਨਾਲ ਹੋਰ ਲਾਂਚ ਕਰ ਰਹੇ ਹਾਂ। ਐਲੋਵੇਰਾ ਦੀ ਖੇਤੀ ਅਸੀਂ ਖੁਦ ਕਰਾਂਗੇ ਔਰ ਉਸ ਪ੍ਰੋਡਕਟ ਤੋਂ ਐਲੋਵੇਰਾ ਤੋਂ ਖੁਦ ਬੜੀਆ ਕੁਆਲਿਟੀ ਦੇ ਪੌਦੇ ਲਗਾ ਕੇ ਉਹਨਾਂ ਪੌਦਿਆਂ ਤੋਂ ਖੁਦ ਆਪਣੀ ਫੈਕਟਰੀ ਲਗਾ ਕੇ ਉਹਦੇ ਵਿੱਚ ਐਲੋਵੇਰਾ ਦੇ ਹੈਲਥ ਪ੍ਰੋਡਕਟ, ਹਰਬਲ ਪ੍ਰੋਡਕਟ, ਜੂਸ, ਜੈਲ, ਹੋਮ ਪ੍ਰੋਡਕਟ ਬਣਾਵਾਂਗੇ ਜਿਹੜੇ ਕਿ ਆਮ ਆਦਮੀ ਨੂੰ ਪਹੁੰਚਣ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਣ ਔਰ ਲੋਕਾਂ ਦੇ ਸਵਸਥ ਵਾਸਤੇ ਜਿਹੜੇ ਕਿ 100% ਰਿਜਲਟਡ ਉਹ ਪ੍ਰੋਡਕਟ ਵੀ ਅਸੀਂ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਹਰ ਆਦਮੀ ਸਵਸਥ, ਪ੍ਰਦੂਸ਼ਣ ਰਹਿਤ ਦੇਸ਼,
ਔਰ ਇਹ ਚੀਜ਼ ਅਸੀਂ ਚਾਹੁੰਦੇ। ਤੁਹਾਡੀਆਂ ਇੰਨੀਆਂ ਮੈਂ ਗੱਲਾਂ ਸੁਣੀਆਂ ਇਹਦੇ ਵਿੱਚੋਂ ਇੱਕ ਗੱਲ ਜਿਹੜੀ ਬਹੁਤ ਵਧੀਆ ਮੈਨੂੰ ਲੱਗੀ ਉਹ ਇਹ ਹੈ ਵੀ ਤੁਸੀਂ ਠੀਕ ਹੈ ਸੁਣਨ ਦੇ ਵਿੱਚ ਇੱਕ ਸੋਚ ਬਹੁਤ ਛੋਟੀ ਜਿਹੀ ਲੱਗਦੀ ਹੈ ਵੀ ਠੀਕ ਹੈ ਯਾਰ ਇੱਕ ਕੰਪਨੀ ਹੈ ਜਿਹੜੀ ਇੱਕ ਹਰਿਆਲੀ ਲਿਆਉਣਾ ਚਾਹੁੰਦੀ ਹੈ ਰਾਜਸਥਾਨ ਦੇ ਵਿੱਚ ਜਿੱਥੇ ਡੈਜ਼ਰਟ ਹੀ ਡੈਜ਼ਰਟ ਹੈ ਬਹੁਤ ਜ਼ਿਆਦਾ, ਪਰ ਜੇ ਤੁਹਾਡੀਆਂ ਗੱਲਾਂ ਮੈਂ ਹੁਣ ਤੱਕ ਜਿਹੜੀਆਂ ਸੁਣੀਆਂ ਉਹਦੇ ਵਿੱਚੋਂ ਦੇਖੋ ਕਿੰਨਾ ਕੁਛ, ਉਹਦੇ ਵਿੱਚੋਂ ਤੁਸੀਂ ਲੋਕਾਂ ਨੂੰ ਸਵੱਸਥ ਵੀ ਰੱਖ ਰਹੇ ਹੋ, ਲੋਕਾਂ ਨੂੰ ਤੁਸੀਂ ਪੋਲਿਊਸ਼ਨ ਫ੍ਰੀ ਵੀ ਕਰ ਰਹੇ ਹੋ, ਲੋਕਾਂ ਨੂੰ ਬਿਜ਼ਨਸ ਵੀ ਦੇ ਰਹੇ ਹੋ, ਲੋਕਾਂ ਨੂੰ ਪੈਸਾ ਵੀ ਦੇ ਰਹੇ ਹੋ ਔਰ ਦੇਸ਼ ਦੀ ਤਰੱਕੀ ਵਿੱਚ ਵੀ ਤੁਸੀਂ ਪੂਰਾ ਯੋਗਦਾਨ ਪਾ ਰਹੇ ਹੋ ਜੋ ਤੁਹਾਡੀ ਸੋਚ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਤੁਸੀਂ ਪ੍ਰੋਡਕਟ ਹੈ ਤੁਸੀਂ ਉਹ ਵੀ ਬਣਾਉਣਾ ਚਾਹੋਗੇ ਜਿਹਦੇ ਵਿੱਚ ਐਲੋਵੇਰਾ ਦੀ ਜੈਲ ਹੋਏਗੀ, ਐਲੋਵੇਰਾ ਦਾ ਜੂਸ ਹੋਏਗਾ, ਜਾਂ ਇੱਕ ਤੁਸੀਂ ਗੱਲ ਦੱਸੀ ਸੀ ਜਬੋਬਾ, ਜਬੋਬਾ ਜਿਹੜਾ ਬੂਟਾ ਠੀਕ ਹੈ ਐਲੋਵੇਰਾ ਦਾ ਤਾਂ ਸਾਨੂੰ ਅੱਜ ਕੱਲ੍ਹ ਪਤਾ ਵੀ ਐਲੋਵੇਰਾ ਬਹੁਤ ਆ ਰਿਹਾ ਵੀ ਫੇਸ 'ਤੇ ਵੀ ਲਾਓ ਜੀ, ਵਾਲਾਂ 'ਤੇ ਵੀ ਲਾਓ ਜੀ, ਇਹ ਕਰੋ ਵੋ ਕਰੋ, ਜਬੋਬਾ ਕਿਸ ਕੰਮ ਆਉਂਦਾ? ਜਜੋਬਾ, ਜਜੋਬਾ ਇੱਕ ਇਸ ਤਰੀਕੇ ਦਾ ਪੌਦਾ ਹੈ ਜਿਹੜਾ ਕਿ 200 ਸਾਲੋਂ ਦੀ ਉਮਰ ਹੈ, ਉਸ ਪੌਦੇ 'ਚੋਂ ਜੋ ਬੀਜ ਆਉਂਦਾ ਉਸ ਬੀਜ ਦਾ ਗੌਰਮੈਂਟ ਦਾ ਰੇਟ 15,000 ਰੁਪਏ ਕੁਇੰਟਲ, ਔਰ ਉਸ ਬੀਜ ਦੇ ਅੰਦਰੋਂ ਜੋ ਤੇਲ ਨਿਕਲਦਾ ਹਾਈ ਕੁਆਲਿਟੀ ਲੁਬਰੀਕੈਂਟ, ਉਹ ਹਾਈ ਕੁਆਲਿਟੀ ਲੁਬਰੀਕੈਂਟ ਜੋ ਹਵਾਈ ਜਹਾਜ਼ ਦੇ ਅੰਦਰ ਯੂਜ਼ ਕੀਤਾ ਜਾਂਦਾ ਔਰ ਜਿਹਦਾ ਗੌਰਮੈਂਟ ਦਾ ਰੇਟ 800 ਰੁਪਏ ਲੀਟਰ, 800 ਰੁਪਏ ਲੀਟਰ ਉਹ ਤੇਲ ਵਿਕਦਾ, ਔਰ ਅੱਜ ਤੋਂ ਪਹਿਲਾਂ ਉਹ ਜਜੋਬਾ ਤੋਂ ਨਿਕਲਣ ਵਾਲਾ ਤੇਲ ਵਹੇਲ ਮੱਛਲੀ, ਵਹੇਲ ਮੱਛਲੀ ਨੂੰ ਤੁਸੀਂ ਜਾਣਦੇ ਹੋਗੇ, ਵਹੇਲ ਮੱਛਲੀ ਨੂੰ ਮਾਰ ਕੇ ਉਹਦੇ ਵਿੱਚੋਂ ਤੇਲ ਨਿਕਾਲਿਆ ਜਾਂਦਾ ਸੀ। ਅਸੀਂ ਦੋ ਤਰੀਕੇ ਨਾਲ ਪ੍ਰਦੂਸ਼ਣ ਨੂੰ ਦੂਰ ਕਰਨਾ ਚਾਹੁੰਦੇ ਹਾਂ, ਜਜੋਬਾ ਲਗਾ ਕੇ ਤੇਲ ਨਿਕਲੇਗਾ, ਹਰਿਆਲੀ ਆਏਗੀ, ਹਰਿਆਲੀ ਨਾਲ ਪ੍ਰਦੂਸ਼ਣ ਦੂਰ ਹੋਏਗਾ, ਦੂਸਰਾ ਉਹ ਵਹੇਲ ਮੱਛਲੀ ਜਿਹੜੀ ਹੈ ਜਿਹਨੂੰ ਮਾਰ ਕੇ ਤੇਲ ਕੱਢਿਆ ਜਾ ਰਿਹਾ ਔਰ ਸਰਕਾਰ ਨਹੀਂ ਚਾਹੁੰਦੀ ਵਹੇਲ ਮੱਛਲੀ ਨੂੰ ਮਾਰਿਆ ਜਾਵੇ, ਅਸੀਂ ਉਹਨਾਂ ਨੂੰ ਬਚਾਉਣ ਵਾਸਤੇ ਵੀ ਮਦਦ ਕਰ ਰਹੇ ਹਾਂ, ਵਹੇਲ ਮੱਛਲੀ ਜ਼ਿਆਦਾ ਤੋਂ ਜ਼ਿਆਦਾ ਬਚੇਗੀ ਕਿਉਂਕਿ ਉਹ ਤੇਲ ਉਹਨਾਂ 'ਚੋਂ ਕੱਢਣ ਦੀ ਜ਼ਰੂਰਤ ਨਹੀਂ ਪਏਗੀ, ਔਰ ਵਹੇਲ ਮੱਛਲੀ ਵੀ ਪ੍ਰਦੂਸ਼ਣ ਨੂੰ ਬਹੁਤ ਜ਼ਿਆਦਾ ਦੂਰ ਕਰਦੀ ਹੈ। ਇਸ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਵੀ ਉਹ ਤੇਲ ਵੱਧ ਤੋਂ ਵੱਧ ਪੈਦਾ ਹੋਵੇ ਔਰ ਜਿਹੜਾ ਜਜੋਬਾ ਹੈ ਉਹਦੀ ਜਿਹੜੀ ਖਲ ਹੈ, ਖਲ ਵੀ ਇਸ ਤਰੀਕੇ ਦੀ ਹਾਈ ਕੁਆਲਿਟੀ ਵਧੀਆ ਤੋਂ ਵਧੀਆ ਫੇਸ ਪੈਕ ਕਰੀਮਾਂ ਦੇ ਅੰਦਰ, ਕੋਸਮੈਟਿਕ ਦੇ ਅੰਦਰ ਬਹੁਤ ਵਧੀਆ ਯੂਜ ਹੁੰਦੀ ਹੈ। ਬੰਤ ਸਾਹਿਬ, ਹੁਣ ਤੱਕ ਤੁਹਾਡੇ ਨਾਲ ਕਿੰਨੇ ਕੁ ਲੋਕ ਜੁੜ ਚੁੱਕੇ ਨੇ? ਹੁਣ ਤੱਕ ਸਾਡੀ ਸ਼ੁਰੂਆਤ, ਅਸੀਂ ਇਹਨੂੰ 1 ਮਈ 2010 'ਚ ਸ਼ੁਰੂ ਕੀਤੀ ਸੀ ਸਮਝ ਲਓ, ਵੈਸੇ ਕੰਪਨੀ ਦਾ ਸ਼ੁਰੂਆਤ ਅਸੀਂ 1 ਅਪ੍ਰੈਲ 2009 'ਚ ਸ਼ੁਰੂ ਕੀਤਾ ਸੀ, ਲੇਕਿਨ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ 1 ਸਾਲ ਬਾਅਦ ਕੀਤਾ, ਔਰ 1 ਸਾਲ ਦੇ ਅੰਦਰ ਸਾਡੇ ਨਾਲ ਨੈੱਟਵਰਕਰ ਜਿਹਨੂੰ ਕਹਿ ਸਕਦੇ ਹਾਂ, ਬਿਜ਼ਨਸ ਕਰਨ ਵਾਲੇ ਏਜੰਟ ਜਿਹੜੇ ਕਿ ਲੋਕਾਂ ਤੱਕ ਸਾਡਾ ਸਮਾਚਾਰ ਪਹੁੰਚਾਉਂਦੇ ਹੈ, ਉਹ ਸਾਡੇ ਨਾਲ 500 ਦੇ ਕਰੀਬ ਜੁੜ ਚੁੱਕੇ ਹੈ, ਔਰ ਜਿਹੜੇ ਲੋਕ ਸਾਡੇ ਨਾਲ ਜੁੜ ਚੁੱਕੇ ਹੈ ਜਿਨ੍ਹਾਂ ਨੇ ਆਪਣਾ ਹਿੱਸਾ ਸਾਡੇ ਵਿੱਚ ਪਾਇਆ, ਉਹ ਕਰੀਬਨ ਸਾਡੇ ਕੋਲ 1200 ਲੋਕ ਜੁੜ ਚੁੱਕੇ ਹੈ। ਹਾਂਜੀ, ਔਰ ਹੁਣ ਜਿਵੇਂ ਜਿਵੇਂ ਟਾਈਮ ਆ ਰਿਹਾ, ਅੱਗੇ ਦੀ ਅੱਗੇ ਮਾਹੌਲ ਬਣ ਰਿਹਾ, ਲੋਕ ਵੱਧ ਰਹੇ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਘੱਟੋ ਘੱਟ 1200 ਲੋਕ ਜਿਹੜੇ ਤੁਹਾਡੇ ਨਾਲ ਜੁੜ ਚੁੱਕੇ ਨੇ, 1200 ਲੋਕਾਂ ਦੇ ਜੁੜਨ ਨਾਲ ਤੁਸੀਂ 3500 ਬਿਘਾ ਜਿਹੜੀ ਜ਼ਮੀਨ ਜੈਸਲਮੇਰ ਦੇ ਵਿੱਚ ਰਾਜਸਥਾਨ ਦੇ ਵਿੱਚ ਲਈ ਹੈ, ਉਹ ਲੋਕਾਂ ਦੇ ਪੈਸੇ ਨਾਲ ਹੀ ਹੈ ਕਿਉਂਕਿ ਲੋਕਾਂ ਦਾ ਉਹਦੇ ਵਿੱਚ ਕੰਟਰੀਬਿਊਸ਼ਨ ਹੈ, ਲੋਕ ਉਹਦੇ ਵਿੱਚ ਪਾਰਟਨਰ ਨੇ। ਜਿਹੜਾ ਤੁਸੀਂ ਉੱਤੇ ਜਗ੍ਹਾ ਲਗਾ ਹੈਗੀ ਆ ਉਹਦੇ ਉੱਤੇ ਤੁਸੀਂ ਐਲੋਵੇਰਾ ਲਗਾਉਣਾ ਜਾਂ ਜਿਹੜਾ ਤੁਸੀਂ ਥਾਰ ਲਗਾਉਣਾ, ਇਹ ਸਾਰੀਆਂ ਗੱਲਾਂ ਠੀਕ ਨੇ, ਪਰ 1200 ਲੋਕ ਜਿਹੜੇ ਜੁੜ ਚੁੱਕੇ ਨੇ ਉਸ ਤੋਂ ਬਾਅਦ ਜਿਹੜੇ ਹੋਰ ਜੁੜਨਾ ਚਾਹੁੰਦੇ ਨੇ, ਘੱਟੋ ਘੱਟ ਕਿੰਨੇ ਪੈਸੇ ਹੈ ਕਿਤੇ, ਕਿਉਂਕਿ ਅਸੀਂ ਇਹ ਵੀ ਸੋਚ ਸਕਦੇ ਹਾਂ ਵੀ ਯਾਰ ਮੇਰੇ ਕੋਲ ਤਾਂ ਤੂੰ 1 ਲੱਖ ਰੁਪਇਆ ਲਗਾਉਣਾ ਜਾਂ 50,000 ਲਗਾਉਣਾ ਜਾਂ 2 ਲੱਖ ਰੁਪਇਆ ਲਗਾਉਣਾ ਜਾਂ 20,000 ਲਗਾਉਣਾ, ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਨੇ ਕਿਸ ਤਰ੍ਹਾਂ ਕਿੰਨੇ ਪੈਸੇ, ਘੱਟੋ ਘੱਟ ਕਿੰਨੇ ਪੈਸੇ ਨਾਲ ਉਹ ਬੰਦਾ ਤੁਹਾਡਾ ਐਂ ਕਹਿ ਲਓ ਵੀ ਤੁਹਾਡੇ ਬਿਜ਼ਨਸ ਦੇ ਵਿੱਚ ਭਾਈਵਾਲ, ਤੁਹਾਡਾ ਪਾਰਟਨਰ ਬਣ ਸਕਦਾ। ਉਹ ਮਤਲਬ ਇਹ ਘੱਟ ਤੋਂ ਘੱਟ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਭੁੱਲ ਗਏ, ਰਿਕਸ਼ਾ ਵਾਲਾ ਧੋਬੀ ਮੋਚੀ 55,000 ਰੁਪਏ ਮਹੀਨਾ ਸਾਨੂੰ ਦੇ ਕੇ 10 ਸਾਲ ਦਾ ਅਸੀਂ ਐਗਰੀਮੈਂਟ ਕਰਦੇ ਹਾਂ ਜਜੋਬਾ ਦਾ, ਕਿਉਂਕਿ ਜਜੋਬਾ ਇੱਕ ਅਜਿਹਾ ਪੌਦਾ ਹੈ ਜਿਹਦੀ ਉਮਰ ਹੈ 200 ਸਾਲ ਔਰ ਪੈਦਾਵਾਰ ਉਹਦੀ 2 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ, ਇਨਕਮ 2 ਸਾਲ ਬਾਅਦ ਸ਼ੁਰੂ ਹੁੰਦੀ ਹੈ, ਥੋੜ੍ਹੀ ਥੋੜ੍ਹੀ ਵੱਧਦਾ ਰਹਿੰਦਾ ਹੈ। ਇਸ ਤਰੀਕੇ ਨਾਲ ਉਹਦਾ ਜਿਹੜਾ ਕੈਲਕੂਲੇਸ਼ਨ ਜਿਹੜੀ ਅਸੀਂ ਕੱਢੀ ਹੈ 10 ਸਾਲ ਦੀ ਐਵਰੇਜ ਕੱਢ ਕੇ ਉਹਦਾ ਸਿਸਟਮ ਤਿਆਰ ਕੀਤਾ ਵੀ 10 ਸਾਲ ਦੀ ਫਸਲ ਦੇ ਵਿੱਚ ਉਹਦੀ ਹਿੱਸੇਦਾਰੀ ਹੋ ਸਕਦੀ ਹੈ। 55,000 ਰੁਪਏ ਮਹੀਨਾ ਤੋਂ ਸਾਡਾ ਸਿਸਟਮ ਸ਼ੁਰੂ ਹੋ ਜਾਂਦਾ, ਉਸ 55,000 ਰੁਪਏ ਮਹੀਨਾ ਦੇਣ ਵਾਲੇ ਬੰਦੇ ਨੂੰ 10 ਸਾਲ ਤੱਕ ਸਾਨੂੰ ਪੈਸਾ ਦੇਣ ਤੋਂ ਬਾਅਦ ਅਸੀਂ ਉਹਨੂੰ 15,000 ਰੁਪਇਆ ਗਰੰਟਡ ਜਾਂ 1 ਕੁਇੰਟਲ ਐਲੋਵੇਰਾ ਦਾ ਜਜੋਬਾ ਦਾ ਬੀਜ ਅਸੀਂ ਉਹਨੂੰ ਵਾਪਸ ਦਿੰਦੇ ਹਾਂ, ਜਿਹਦੇ 'ਤੇ ਕਿਉਂਕਿ ਇਹ ਉਹਦੀ ਖੇਤੀ ਦੇ ਵਿੱਚ ਉਹਦੀ ਹਿੱਸੇਦਾਰੀ ਹੈ, ਅਸੀਂ ਕੋਈ ਪੈਸੇ ਨਾਲ ਪੈਸਾ ਨਹੀਂ ਕਮਾ ਰਹੇ, ਅਸੀਂ ਉਸ ਤੋਂ ਪੈਸਾ ਲੈ ਕੇ ਆਪਣੀ ਉਸ ਜ਼ਮੀਨ ਦੇ ਉੱਪਰ ਉਹਨਾਂ ਪੌਦਿਆਂ ਦੀ ਖੇਤੀ ਦੇ ਵਿੱਚ ਉਹਦਾ ਪੈਸਾ ਲਗਾ ਰਹੇ ਹਾਂ, ਔਰ ਉਹ ਖੇਤੀ ਦੇ ਉਹਦੀ ਹਿੱਸੇਦਾਰੀ ਉਹਨੂੰ ਦੇ ਰਹੇ ਹਾਂ, ਜਿਹੜੀ ਹਿੱਸੇਦਾਰੀ ਦੇ ਰਹੇ ਹਾਂ ਉਹਦੀ ਇਨਕਮ ਪੈਸੇ ਨਾਲ ਨਹੀਂ ਆ ਰਹੀ, ਖੇਤੀ 'ਚੋਂ ਆ ਰਹੀ ਹੈ, ਖੇਤੀ 'ਚੋਂ ਇਨਕਮ ਆਉਣ ਦੀ ਵਜ੍ਹਾ ਨਾਲ ਉਸ ਨੂੰ ਸਰਕਾਰ ਦੀ ਤਰਫੋਂ ਇਨਕਮ ਟੈਕਸ ਦੀ ਛੂਟ ਵੀ ਮਿਲੇਗੀ, ਕਿਉਂਕਿ ਉਹ ਖੇਤੀ ਦੀ ਇਨਕਮ ਹੈ, ਨਾ ਕਿ ਕੋਈ ਪੈਸੇ ਨਾਲ ਪੈਸਾ ਕਮਾਇਆ ਗਿਆ, ਇਹ ਚੀਜ਼ ਹੈ। ਔਰ ਜਜੋਬਾ ਇਹਦਾ ਪੌਦਾ 200 ਸਾਲ ਚੱਲੇਗਾ ਔਰ ਉਹਦੀ ਇੰਨੀ ਜ਼ਿਆਦਾ ਡਿਮਾਂਡ ਹੈ ਅੱਜ ਵਿਦੇਸ਼ਾਂ ਦੇ ਅੰਦਰ, ਇੰਟਰਨੈਸ਼ਨਲ ਮਾਰਕੀਟ ਦੇ ਅੰਦਰ। ਅਸੀਂ ਅੱਜ ਸ਼ੁਰੂ ਕੀਤੀ ਵੈਬਸਾਈਟ, ਸਾਡੀ ਵੈਬਸਾਈਟ ਦੇਖ ਕੇ ਸਾਡੇ ਕੋਲ ਇਜਿਪਟ ਤੋਂ ਤੁਰਤ ਆਰਡਰ ਆ ਗਿਆ ਵੀ ਬੋਲੋ ਜੀ ਤੁਸੀਂ ਸਾਨੂੰ ਕਿੰਨੇ ਕੰਟੇਨਰ ਇਹਦੇ ਜਜੋਬਾ ਦੇ ਬੀਜ ਦੇ ਸਕਦੇ ਹੋ, ਔਰ ਉਹਨਾਂ ਦਾ ਰੇਟ 1500 ਨਹੀਂ 20,000 ਤੋਂ ਵੀ ਜ਼ਿਆਦਾ ਦੇਣ ਨੂੰ ਤਿਆਰ ਹੈ, ਇੰਨੀ ਡਿਮਾਂਡ ਹੈ ਇਸ ਚੀਜ਼ ਦੀ।
ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਬੰਸਲ ਸਾਹਿਬ ਦੱਸਿਆ ਕਿ ਜਜੋਬਾ ਜਿਹੜਾ ਆ, ਜਜੋਬਾ ਦੇ ਵਿੱਚੋਂ ਜਿਹੜਾ ਤੇਲ ਨਿਕਲਦਾ ਉਹ ਵੇਲ ਮੱਛਲੀਆਂ ਨੂੰ ਪਹਿਲਾਂ ਮਾਰ ਕੇ ਕੱਢਦੇ ਹੁੰਦੇ ਸੀਗੇ, ਅਤੇ ਹੁਣ ਉਸ ਤੋਂ ਬਾਅਦ ਜੇ ਤੁਸੀਂ ਇਹ ਬਿਜ਼ਨਸ ਕਰ ਰਹੇ ਹੋ ਜਿਵੇਂ ਤੁਸੀਂ ਦੱਸਿਆ, ਤਾਂ ਉਹ ਜਜੋਬਾ ਦਾ ਜਿਹੜਾ ਉਹਦੇ ਵਿੱਚੋਂ ਤੇਲ ਨਿਕਲੇਗਾ, ਵੇਲ ਮੱਛਲੀਆਂ ਨੂੰ ਮਾਰਨਾ ਵੀ ਬੰਦ ਹੋਏਗਾ, ਇਹਦੇ ਨਾਲ ਵੇਲ ਮੱਛਲੀਆਂ ਦੀ ਜਿਹੜੀ ਪੈਦਾਵਾਰ ਵਧੇਗੀ, ਨਾਲ ਜਿਹੜਾ ਪੋਲਿਊਸ਼ਨ ਹੈ ਉਹ ਵੀ ਬਹੁਤ ਘੱਟ ਹੋਏਗਾ। ਬੰਸਲ ਸਾਹਿਬ ਇੱਕ ਗੱਲ ਹੋਰ, ਸਾਡੇ ਕੋਲ ਸਮਾਂ ਤੁਹਾਨੂੰ ਪਤਾ ਹਮੇਸ਼ਾ ਹੀ ਲਿਮਿਟਡ ਹੁੰਦਾ, ਪਰ ਤੁਸੀਂ ਦੱਸ ਰਹੇ ਸੀ ਵੀ ਲੋਕਾਂ ਨੂੰ ਅਸੀਂ ਹੋਰ ਬਿਜ਼ਨਸ ਦੇਣਾ ਚਾਹੁੰਦੇ, ਉਹ ਕਿਸ ਤਰ੍ਹਾਂ ਦਾ ਬਿਜ਼ਨਸ ਦੇਣਾ ਚਾਹੁੰਦੇ ਹੋ? ਬਿਜ਼ਨਸ ਕਿਸ ਤਰ੍ਹਾਂ ਦਾ? ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੁੰਦੇ। ਬਿਜ਼ਨਸ ਮਤਲਬ ਰੁਜ਼ਗਾਰ, ਜੋ ਆਦਮੀ ਜਿਹਦੇ ਕੋਲ ਪੈਸਾ ਨਹੀਂ ਹੈ ਲੇਕਿਨ ਉਹ ਕੁਛ ਨਾ ਕੁਛ ਪੈਸਾ ਕਮਾਉਣ ਵਾਸਤੇ ਵਪਾਰ ਜਾਂ ਕਾਰੋਬਾਰ ਜਾਂ ਰੁਜ਼ਗਾਰ ਜਾਂ ਨੌਕਰੀ ਕਰਨਾ ਚਾਹੁੰਦਾ, ਅਸੀਂ ਉਹੋ ਜਿਹੇ ਨੌਜਵਾਨ, ਉਹੋ ਜਿਹੇ ਲੋਕ ਆਪਣੇ ਨਾਲ ਜੋੜ ਰਹੇ ਹਾਂ। ਉਹਨਾਂ ਲੋਕਾਂ ਨੂੰ ਅਸੀਂ ਆਪਣੀ ਟ੍ਰੇਨਿੰਗ ਦੇ ਕੇ, ਇਸ ਸਿਸਟਮ ਦੀ ਟ੍ਰੇਨਿੰਗ ਦੇ ਕੇ ਲੋਕਾਂ ਤੱਕ ਇਸ ਸਿਸਟਮ ਨੂੰ ਪਹੁੰਚਾਉਣ ਵਾਸਤੇ ਉਹਨਾਂ ਨੂੰ ਅਸੀਂ ਆਪਣੇ ਕੰਪਨੀ ਦੀ ਤਰਫੋਂ, ਆਪਣੇ ਸਿਸਟਮ ਦੀ ਤਰਫੋਂ ਕੁਛ ਤਨਖਾਹ ਔਰ ਕੁਛ ਕਮਿਸ਼ਨ ਦੇ ਕੇ ਆਪਣੇ ਨਾਲ ਜੋੜਨਾ ਚਾਹੁੰਦੇ ਹਾਂ। ਔਰ ਜਿਵੇਂ ਜਿਵੇਂ ਉਹ